ਸੁਬਾ ਸੁਬਾ ਜੀ ਅੱਜ ਤਾਂ ਕਾਫੀ ਧੁੰਦੇ, ਬਹੁਤ ਜ਼ਿਆਦਾ ਧੁੰਦੇ ਜੀ। 8:00 ਤੇ 5 ਮਿੰਟ ਹੋ ਗਏ ਨੇ ਅਤੇ ਸਾਹਿਬ ਭਾਈ ਹਾਲੇ ਤੱਕ ਨਹੀਂ ਆਏ ਜੀ। ਅਸੀਂ ਰੈਡੀ ਹੋ ਗਏ ਅਤੇ ਪਹੁੰਚ ਗਏ ਹਾਂ ਜੀ। ਸਾਹਿਬ ਭਾਈ ਦਾ ਇੰਤਜ਼ਾਰ ਹੈ ਜੀ, ਆਉਂਦੇ ਨੇ ਅਤੇ ਫਿਰ ਨਿਕਲਣੇ ਹਾਂ ਜੀ। ਸਾਹਿਬ ਭਾਈ ਆ ਗਏ ਨੇ ਜੀ ਅਤੇ ਇੱਕ ਨਵਾਂ ਇਹਨਾਂ ਤਰੀਕਾ ਆਜ਼ਾਦ ਕੀਤਾ ਜੀ। ਇਹ ਲਾਲਾ ਜੀ ਕੀ ਸੀਨ ਹੈ, ਸਾਰੇ ਭੇਜਣ ਦੇ ਯਾਰ, ਕੱਪੜੇ ਖਰਾਬ ਹੋਏ ਹੋਏ ਜੀ, ਬੂਟ ਵੀ ਅਤੇ ਆਪਣਾ ਕੱਪੜੇ ਵੀ। ਚਲੋ ਠੀਕ ਹੈ ਜੀ, ਤਿਆਰੀ ਹੋ ਗਈ ਜੀ, ਨਿਕਲੇ। ਅਸਲਾਮ ਵਾਲੇਕਮ, ਕੀ ਹਾਲ ਚਾਲ ਦੋਸਤੋ, ਉਮੀਦ ਕਰਨਾ ਸਾਰੇ ਦੋਸਤੋ ਬਾਬ ਬਿਲਕੁਲ ਠੀਕ ਹੋਣ ਦੇ ਔਰ ਅੱਲਾਹ ਪਾਕ ਦੇ ਘਰ 'ਚ ਦੁਆ ਕੇ ਯਾਰ ਅੱਲਾਹ ਪਾਕ ਇਸ ਦਿਨ ਨੂੰ ਸਾਰਿਆਂ ਲਈ ਆਪਦੀਆਂ ਰਹਿਮਤਾਂ ਅਤੇ ਬਰਕਤਾਂ ਦਾ ਦਿਨ ਬਣਾ ਦਿਓ। ਤਾਂ ਸੀਨ ਭਾਈ ਜਾਨ ਇਹ ਆ ਵੀ ਲਾਹੌਰ ਪਹੁੰਚ ਗਏ, ਅੱਜ ਰਸਤੇ 'ਚ ਬਹੁਤ ਜ਼ਿਆਦਾ ਧੁੰਦ ਸੀ, ਔਰ ਤਕਰੀਬਨ 11 ਵੱਜ ਗਏ ਨੇ ਜੀ ਅਤੇ ਤਕਰੀਬਨ ਕੋਈ 2-4 ਮਿੰਟ ਪਹਿਲਾਂ ਨਾ ਇੱਥੇ ਲਾਹੌਰ ਵੀ ਹੁਣ ਧੁੱਪ ਨਿਕਲੀ ਹੈ ਅਤੇ ਮਜ਼ਾ ਆ ਰਿਹਾ ਜੀ, ਮਜ਼ਾ ਆ ਰਿਹਾ ਜੀ। ਇਸ ਦੇ ਨਾਲ ਹੀ ਅੱਜ ਦੀ ਮਜ਼ੇਦਾਰ ਕਰਨੇ ਆ ਵੀਡੀਓ ਸ਼ੁਰੂ ਜੀ। ਜਿਨ੍ਹਾਂ ਦੋਸਤਾਂ ਹਾਲੇ ਤੱਕ ਖੁਰਮ ਮਤੇ ਵਾਲਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਰ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਆਓ ਕਰਨੇ ਆ ਫਿਰ ਵੀਡੀਓ ਦਾ ਆਗਾਜ਼ ਜੀ। ਇਲਿਆਸ ਪਾਰਕ ਦੇ ਵਿੱਚ ਆਇਆ ਹੋਇਆ ਜੀ, ਇਹ ਸਾਹਮਣਾ ਕੰਮ ਹੈ ਜੀ ਅਤੇ ਇੱਥੇ ਕਸੂ ਇੱਟਾਂ ਦੀ ਮੈਂ ਗੱਲ ਕੀਤੀ ਹੋਈ ਸੀ ਅਤੇ ਉਹਨਾਂ ਕਿਹਾ ਇੱਟ ਤਾਂ ਸਾਡੀ ਆਈ ਹੋਈ ਹੈ ਜੀ, ਇੱਟ ਤਾਂ ਉਹਨਾਂ ਕੋਲ ਮਾਸ਼ਾਅੱਲਾ ਵਾਧੂ ਪਈ ਹੈ ਜੀ ਅਤੇ ਉਹਨਾਂ ਕਿਹਾ ਸੀ ਵੀ ਕਸੂ ਦਾ ਜਿਹੜਾ ਨਾ ਉਹ ਕਸੂ ਦਾ ਦੱਸੋ ਅਤੇ ਮੈਂ ਕਸੂ ਦਾ ਨਹੀਂ ਕਰਦਾ ਜੀ। ਤਾਂ ਉਹਨੂੰ ਵਿਹਲੀ ਹੈਗਾ, ਉਹਨੂੰ ਕਾਲ ਕੀਤੀ ਹੈ, ਉਹ ਆਉਂਦਾ ਪਿਆ, ਉਹ ਆਉਂਦਾ ਤਾਂ ਫਿਰ ਇੱਥੇ ਗੱਲਬਾਤ ਹੁੰਦੀ ਹੈ ਅਤੇ ਚੱਲਦੇ ਅੱਗੇ ਜੀ। ਇਹ ਨਾ ਜਿਹੜੇ ਪੱਠੇ 'ਤੇ ਮੈਂ ਹੈਗਾ ਉਹ ਤੁਹਾਨੂੰ ਮੈਂ ਬਾਅਦ 'ਚ ਦੱਸਾਂਗਾ ਜੀ, ਪਹਿਲਾਂ ਇਹ ਵੇਖੋ ਜੀ, ਇਹ ਬਿਲਕੁਲ ਜਿਹੜਾ ਮੇਰਾ ਹੱਥ ਹੈ ਨਾ ਉਹ ਈਜ਼ਲੀ ਜਿਹੜਾ ਨਾ ਈਜ਼ਲੀ ਉੱਤੇ ਚਲਾ ਜਾਂਦਾ ਜੀ। ਰਕਸ਼ਾ ਲੋਡ ਹੋ ਰਿਹਾ ਜੀ, ਉਹ ਵੇਖੋ ਅਤੇ ਉੱਧਰ ਸਾਡੇ ਵਾਲੇ ਪਾਸੇ ਜਿਹੜੇ ਭੱਠੇ ਨੇ ਜੀ ਉਹਨਾਂ ਦਾ ਤਾਂ ਕਿਆ ਹੀ ਬਾਤ ਹੈ ਜੀ। ਉਹ ਇਸ ਤੋਂ ਇਹ ਕਿੰਨੇ ਰਹਦੇ ਨੇ, ਸਾਡੇ ਉਧਰ 29 ਵਾਰਾਂ ਤਾਂ ਆਮ ਪੱਠੇ ਨੇ ਨਾ, 29-30 ਵਾਰੇ ਆਮ ਪੱਠੇ ਨੇ। ਲਾਹੌਰ ਦੇ ਬਿਲਕੁਲ ਨਜ਼ਦੀਕ ਹੀ ਸਮਝਣੇ ਉਹ ਪੱਠਾ ਚਾਲੂ ਹੈ ਜੀ, ਮਾਲ ਵੀ ਅੱਛਾ ਲੇਕਿਨ ਸਾਡੇ ਨਾਲੋਂ ਉਧਰੋਂ ਨਾਲੋਂ ਇਹਦਾ ਸਹਿਜ ਜਿਹੜਾ ਨਾ ਉਹ ਛੋਟਾ ਹੈ। ਮਾਲ ਸਫਾਈ ਵੀ ਠੀਕ ਹੈ, ਪਕਾਈ ਵੀ ਠੀਕ ਹੈ, ਡੱਬ ਵੀ ਠੀਕ ਹੈ, ਲੇਕਿਨ ਸਾਈਜ਼ ਉਧਰ ਨਾਲੋਂ ਘੱਟ ਹੈ ਸਾਡੇ ਨਾਲੋਂ। ਹਾਂ ਦੇਖੋ ਜੀ, ਸਾਈਜ਼ ਵੱਡਾ ਕਰ ਦੇਣ, ਵੱਡਾ ਕਰਕੇ ਤੇ ਚੰਗੇ ਰੇਟ ਨਾਲ। ਇੱਥੇ ਰੇਟ ਕੀ ਹੈ ਤਕਰੀਬਨ ਪੱਠੇ ਤੇ? 19,000 ਪੱਠੇ ਤੇ। ਹੁਣ ਨਾ ਜੀ ਤੁਹਾਨੂੰ ਮੈਂ ਜਗ੍ਹਾ ਦੱਸਣਾ ਜਗ੍ਹਾ ਕਿਹੜੀ ਸੀ। ਅਸਲ ਮੈਨੂੰ ਨਾ ਅੱਜ ਕੋਈ ਐਮਰਜੈਂਸੀ ਤਰੀਕੇ ਨਾਲ ਨਾ ਐਮਰਜੈਂਸੀ ਤੌਰ 'ਤੇ ਜੱਲੋ ਮੋੜ ਜੱਲੋ ਪਿੰਡ ਆਉਣਾ ਪਿਆ ਸੀ, ਤੋ ਮੈਂ ਇੱਧਰੋਂ DHA ਵਾਲੀ ਸਾਈਡ ਤੋਂ ਆਉਣਾ ਪਿਆ ਸਾ ਅਤੇ ਜੱਲੋ ਪਿੰਡ ਤੋਂ ਕਾਫੀ ਪਿੱਛੇ ਆ ਗਏ ਅਤੇ ਨਾਲ ਲੱਗੇ BRB ਨਹਿਰੇ ਅਤੇ ਇੱਥੇ ਪੱਠੇ 'ਤੇ ਨਾ ਮੈਂ ਵੇਖਿਆ ਸਿਸਟਮ ਅਤੇ ਮੈਂ ਉਹ ਨੀਵੇਂ ਵੇਖੇ, ਇੱਟ ਵੀ ਇਹਨਾਂ ਦੀ ਅੱਛੀ ਹੈ ਅਤੇ ਉਹ ਮੈਂ ਜਦੋਂ ਨੀਵਾਂ ਕੰਮ ਵੇਖਿਆ ਤਾਂ ਮੈਂ ਚਲੋ ਐਵੇਂ ਫਿਰ ਇੱਕ ਬੰਦੇ ਨੂੰ ਹੁੰਦਾ ਨਾ ਜਿਹਦੇ ਮੁਤਲਕਾ ਕੰਮ ਹੋਵੇ ਫਿਰ ਉਹ ਕੰਮ ਵੇਖਣ ਜਾਂਦਾ ਹੈ ਜੀ, ਉਹ ਮੈਂ ਫਿਰ ਇੱਥੇ ਪੱਠੇ 'ਤੇ ਵੇਖਣ ਆ ਗਿਆ ਜੀ ਇੱਟ। ਤੋ ਇਹਨਾਂ ਦੀ ਇੱਟ ਦੀ ਸਫਾਈ ਡੱਬ ਅਤੇ ਪਕਾਈ ਉਹ ਪੂਰੀ ਹੈ, ਲੇਕਿਨ ਸਿਰਫ ਕੀ ਇਹਨਾਂ ਦਾ ਸਾਈਜ਼ ਛੋਟਾ ਹੈ ਜੀ ਸਾਡੀ ਮਾਰਕੀਟ ਨਾਲ। ਇਹ ਜੋ 7A ਇਹਦਾ ਨੰਬਰ ਹੈ ਜੀ ਪੱਠੇ ਦਾ ਮਾਰਕਾ, 7A ਪਕਾਈ ਕੋਈ A1 ਨੇ। ਸਿਰਫ ਕੀ ਹੈ ਵੀ ਇਹਨਾਂ ਦਾ ਸਾਈਜ਼ ਜਿਹੜਾ ਨਾ ਉਹ ਸਾਡੀ ਮਾਰਕੀਟ ਨਾਲੋਂ ਛੋਟਾ ਹੈ। ਹੁਣ ਚੱਲਦੇ ਹਾਂ ਜੀ ਜੱਲੋ ਜੱਲੋ ਪਿੰਡ ਜੀ, ਉੱਥੇ ਕੰਮ ਸੀ। ਸਿਰਫ ਵਿਖਾਉਣ ਦਾ ਮਤਲਬ ਇਹ ਸੀ ਵੀ ਮੈਂ ਤੁਹਾਨੂੰ ਦੱਸਣ ਦਾ ਮਤਲਬ ਇਹ ਸੀ ਮੈਂ ਵੀ ਇੰਨਾ ਕਹਿਣਾ ਵੀ ਅੱਗੇ ਥੋੜ੍ਹੀ ਦੇਰ ਪਹਿਲਾਂ ਲਾਹੌਰ ਪਹੁੰਚਿਆ, ਹੁਣ ਫਿਰ ਭੱਠੇ 'ਤੇ ਪਹੁੰਚਿਆ ਖਲੋਤਾ, ਲੇਕਿਨ ਇਹ ਲਾਹੌਰ ਦਾ ਹੀ ਭੱਠਾ ਹੈ, ਉੱਥੇ ਹਾਂ ਜੀ। ਆਓ ਫਿਰ ਚੱਲਦੇ ਹਾਂ ਜੱਲੋ ਹਾਂ ਜੀ ਪਿੰਡ ਜੱਲੋ ਪਹੁੰਚ ਗਿਆ ਜੀ। ਤੋ ਜਿਸ ਭਾਈ ਨਾਲ ਕੰਮ ਹੈਗਾ ਸੀ ਉਹਨੇ ਮੈਨੂੰ ਕਿਹਾ ਵੀ ਤੂੰ ਨਾ ਚੱਲ ਕੇ ਜੱਲੋ ਪਾਰਕ ਦੇ ਵਿੱਚ ਬਹਿ ਅਤੇ ਮੈਂ ਆਉਣਾ ਪਿਆ। ਇਸ ਟਾਈਮ ਮੈਂ ਜੱਲੋ ਪਾਰਕ ਦੇ ਵਿੱਚ ਮੌਜੂਦ ਹਾਂ ਜੀ। ਉਹਦੇ ਨਾਲ ਕੰਮ ਇਹ ਸੀ ਕੋਈ ਇੱਟਾਂ ਲਾਈਆਂ ਸਨ ਅਤੇ ਕੁਛ ਪੇਮੈਂਟ ਲੈਣੀ ਸੀ ਅਤੇ ਉਹਨੇ ਮੈਨੂੰ ਕਿਹਾ ਵੀ ਮੈਂ ਯਾਰ ਆ ਨਹੀਂ ਸਕਦਾ, ਮੇਰੀ ਤਬੀਅਤ ਖਰਾਬ ਹੈ ਅਤੇ ਤੂੰ ਨਾ ਅਗਰ ਪੇਮੈਂਟ ਚਾਹੀਦੀ ਤਾਂ ਜੱਲੋ ਤੋਂ ਆ ਕੇ ਲੈ ਲੈ। ਉਹ ਫਿਰ ਮੈਂ ਪੇਮੈਂਟ ਤਾਂ ਜ਼ਹਿਰੀ ਗੱਲ ਲੈਣੀ ਲੈਣੀ ਸੀ, ਮੈਂ ਕਿਹਾ ਜੀ ਕੋਈ ਮਸਲਾ ਨਹੀਂ ਮੈਂ ਜਿਹੜਾ ਨਾ
वह जलो आ जाना। तो टाइम तकरीबन पंज का हो गया हूँ, अज मेरे को पिंड तो नहीं जाया जाना। इतने लाहौर ही रहा, सुबह एक काम भी है, सुबह सुबह काफ़ी दिनों का काम अड़िया होया, तो मैं चलो इस बहाने वह भी काम हो जाएगा। तो किसी दिन इंशाल्लाह ताला डिटेल नाल ना तुहानू ये जलो पार्क विखावा दे। हूँ उनका इंतजार करने जी, वह आंदा है तो फिर इंशाल्लाह ताला उन्हें मिल के तो फिर अगर किसी पास निकलने हैं जी, जिधर निकलना होया। माशाल्लाह मैं तो थोड़ा ही अगे गया जी मोटरसाइकिल से, तो बड़ी वड्डी पार्क है, बहुत वड्डी पार्क है। सामने जखीरा टाइप बनया होया है, बड़े ना अच्छा अच्छा जड़ा ना सिस्टम वेखन को मिलता पाया। और सामने बच्चों ने कोई खेलन ली चीज़ा बनी हुई ने। जड़ा रोड जा रहा ना, ओ रोड वो जिते भाई मोटरसाइकिल आ रहा है, ये अगे रोड जा रहा है। मैं थोड़ा ही अगे गया तो अगे मसलन जानवर वगैरह भी, चीते वगैरह भी, हरनिया वगैरह, मतलब सारे जिन्हें भी जानवर ना तकरीबन सारे है ने। तो किसी दिन ना इंशाल्लाह तला डिटेल नाल तुहानू इहदा जिहड़ा ना इहदे बारे वीडियो बनावांगे। हुण इस कुर्सी ते बह चलने हैं जी, इत्थे बह के ते भाई दा करने आ इंतजार। उस भाई का इंतजार कर दिया, काफ़ी टाइम हो गया सी इत्थे मैनू, तो मैं सोचा मैं चलो उन्नी देर चल के तो चलो कोई पार्क की थोड़ी सैर कर लें। लेकिन उन्होंने मैनू जिस एरिए जानवर ने ना ना उस एरिए उन्हें मैनू नहीं जान दिता। वो इस वजह तो नहीं जान दिता क्योंकि मेरे को बाइक, बाइक तो नहीं अलाउ हैगा उधर जाना। इंशाल्लाह ताला मैं उन्होंने वादा करके आया भी यह चेहरा वेख लवो एक दिन, इंशाल्लाह ताला वो दिन आएगा भी मैं जल्द अज जल्द अल्लाह पाक ने चाहा तो आप दी गड्डी ते आवांदा और तुहानू मैं विखा के जावांदा भी हेलो मैं आ गया। इंदे विच कोई गल मैं गुस्से नाल या नहीं कर रहा, लेकिन सिर्फ गल ये कर रहा भी उन्हां भी अगर ये फैसला लेंदे ने तो साडी सेफ्टी वास्ते उन्हें फैसला लिया है। लेकिन इंशाल्लाह ताला हिम्मते मददा मते हिम्मते मरदा मते खुदा, इंशाल्लाह ताला मेहनत करने पे अल्लाह पाक इंशाल्लाह ताला इस मेहनत का जड़ा ना वो जल्द तो जल्द अजर दे दा। देख रहे ना गड्डी जी, ये जीप है जी, बड़ी माशाल्लाह पसंद आई, बड़ी खूबसूरत सी जी, ए मेन इंटरेस्ट है जी जल्लो पार्क दी जी। इस पास होना लाले ने हाले तक नहीं आया, काफ़ी देर हो गई जी इंतजार करते हैं जी। चलो कोई गल नहीं आ जाता जी, अल्लाह पाक खैर करे जी। रात में जी जल्लो पार्क तो काफ़ी लेट हो गया सा, तो फिर उत्थे नाल ही जिहड़ा वो सिस्टर का घर है जी उत्थे मैं चला गया सा, उत्थे सो गया सा। तो हूँ अज सारा दिन कम शम करने तो बाद तो हूँ मैं पहुँच चुका जी फैक्ट्री सैफुल्ला साहब के कोल। उन्होंने कॉल की वो वे स्टेशन पर गया होया और स्टेशन तो वो कह रहा भी इंशाल्लाह ताला मैं जल्दी आ जाता। तो अज एक ना खत करा बिठा जी लाहौर तो मज़ा नहीं आया जो खुरम बार बार को आता जी। तो हूँ सैफुल्ला साहब का इंतजार कर रहे, कह रहे इंशाल्लाह ताला मैं ना जरा जल्दी आ जाता, तो अच्छ जल्दी घर चल फिर दे, क्योंकि जिस दिन मैं घर नहीं ना जाता फिर सौ मामले मामलात होंगे ने जी, बच्चे ने जी छोटे छोटे बच्चों की फिर याद आती। तो हूँ मेरी कोशिश जल्दी तो जल्दी ना घर पहुँच जावा जी। है जी गज्जू मत्ते वाली रोई इन कह सकने, ए सामने फैक्ट्री है जी। तो उस लाले को मैं बैठा रहना हूं, तो यह पुल वेखो गुजरन वास्ते कि डेंजरस पुल, खतरनाक पुल कह सकते हैं। इधर इंज गुजरिया जाता इतों, मैं बेध्यानी जड़ा ना बेहतियाती नहीं बंदा गुजर सकता। और लाला वेखना भेदी ये शूटर ही आ रहा मौलवी साहब इतों और दो बंदे हम गुजरे ना, पुल कंबदी पई है जी। ऐ हूँ बिल्कुल मैं सेंटर च आ गया जी, इस साइड तो गज्जू मता है जी, तो इस साइड तो बेदियाँ बेदियाँ वाले पासों आ रही जी। तो वापसी चलने जी, मैनू तो डर आता पा जी इन्दे तो, इस पुल तो वैसे ही डर आता पा। अच्छा ये थोड़े जे पैसे लगने ने, कोई फैक्ट्री वाला हिम्मत करके तो ठीक करवा सकता ये।
ਇੱਥੇ ਬੈਠੇ ਹੋਈ ਦੇ ਜੀ ਤੋ ਆਈਫੋਨ ਵੀ ਫੜਿਆ ਹੈ ਇਹ ਲਾ ਲਾ ਇਹ ਕੀ ਬਣਾਇਆ ਜੀ ਇਹ ਭਾਈਆਂ ਨੂੰ ਖੇਲਾਂ ਨੂੰ ਖੇਲਾਂ ਹਾਂਜੀ ਇਹ ਪੀਟੀਆਈ ਦਾ ਮਕਾਨ ਹੈ ਪੀਟੀਆਈ ਦਾ ਮਕਾਨ ਹੈ ਇਹਨੇ ਬਣਾ ਰਹੇ ਨੇ ਜੀ ਕੁਛ ਨਾ ਕੁਛ ਇਹ ਪੀਟੀਆਈ ਦਾ ਮਕਾਨ ਹੈ ਭਾਈ ਕਿਹਨੂੰ ਬਾਹਰ ਹੈ ਵੀਡੀਓ ਕਾਲ ਵੀਡੀਓ ਕਾਲ ਹੈ ਨਹੀਂ ਨਹੀਂ ਵੀਡੀਓ ਕਾਲ ਨਹੀਂ ਮੇਰਾ ਯਾਰ ਹੈ ਜੀ ਉਹਦਾ ਨੇ ਇਹਦੀ ਤਬੀਅਤ ਖਰਾਬ ਸੀ ਬੜੀ ਮੋਟਰਸਾਈਕਲ ਤੇ ਵਿਚਾਰਾ ਬਹਿ ਕੇ ਸਾਡੇ ਨਾਲ ਗਿਆ ਸੀ ਗੱਜੋ ਮਤੇ ਤੱਕ ਤੇ ਉਹ ਸੈਫ ਦਾ ਤੁਹਾਨੂੰ ਪਤਾ ਸ਼ਰਾਰਤੀ ਹੋਏ ਉਹਨੇ ਇਹਨੂੰ ਡੇਗਣ ਦੀ ਬੜੀ ਕੋਸ਼ਿਸ਼ ਕੀਤੀ ਸੀ ਪਰ ਇਹ ਨਹੀਂ ਡਿੱਗਾ ਇਹ ਬੰਦਾ ਨਹੀਂ ਜੀ ਠੀਕ ਹੋ ਸਕਦਾ ਹੁਣ ਫਿਰ ਤਕਰੀਬਨ ਮੈਨੂੰ ਉਦੋਂ ਕਹਿ ਰਿਹਾ ਸੀ ਮੈਂ ਬਸ ਆ ਰਿਹਾ ਲੇਕਿਨ ਹਾਲੇ ਤੱਕ ਨਹੀਂ ਆਇਆ ਇਹਨੂੰ ਮੈਂ 20 ਦਫ਼ਾ ਇਹ ਗੱਲ ਕਹੀ ਵੀ ਯਾਰ ਮੇਰੇ ਨਾਲ ਝੂਠ ਨਾ ਬੋਲਿਆ ਕਰ ਜਿਹੜੀ ਅਸਲ ਗੱਲ ਹੋਵੇ ਉਹ ਦੱਸਿਆ ਕਰ ਕਿਉਂਕਿ ਉਸ ਦੇ ਨਾਲ ਹੀ ਫਿਰ ਅੱਗੇ ਅਸੀਂ ਵੀ ਜਿਹੜਾ ਨਾ ਕੋਈ 100 ਮਾਮਲਾਤ ਹੁੰਦੇ ਨੇ ਘਰ ਬੱਚੇ ਇੰਤਜ਼ਾਰ ਕਰਦੇ ਰਹਿੰਦੇ ਨੇ ਵੀ ਪਾਪਾ ਨੇ ਇੰਨੇ ਵਜੇ ਕਿਹਾ ਸੀ ਆਵਾਂ ਦਾ ਬਸ ਇਹ ਬੰਦੇ ਨੂੰ ਨਾ ਜਿੰਨੇ ਕੁ ਰਿਕੁਐਸਟ ਕਰਨੀ ਹੁਣ ਮੈਨੂੰ ਕਹਿ ਰਿਹਾ ਸੀ ਬਸ ਮੈਂ ਆ ਰਿਹਾ ਲੇਕਿਨ ਹਾਲੇ ਤੱਕ ਉਹਦਾ ਕੋਈ ਖੈਰ ਖਬਰ ਨਹੀਂ ਹੈਗੀ ਹੁਣ ਮੇਰੀ ਕਾਲ ਵੀ ਨਹੀਂ ਚੁੱਕ ਰਿਹਾ ਤਕਰੀਬਨ 5:30 ਹੋ ਗਏ ਨੇ ਜੀ ਆਉਂਦਾ ਤੇ ਅੱਜ ਉਹਨੂੰ ਪੁੱਛ ਲੈਂਦੇ ਹਾਂ ਜੀ ਇਸ ਵੀਡੀਓ ਦੇ ਦੌਰਾਨ ਹੀ ਸੈਫੁੱਲਾ ਸਾਹਿਬ ਦੀ ਕਾਲ ਆ ਗਈ ਹੈ ਜੀ ਮੈਨੂੰ ਉਹ ਕਹਿ ਰਿਹਾ ਗੱਜੋ ਮੈਂ ਤੇਰੇ ਨਾਲ ਟ੍ਰੈਫਿਕ 'ਚ ਫਸਿਆ ਹੋਇਆ ਅਤੇ ਬਸ ਮੈਂ ਆ ਰਿਹਾ ਅਤੇ ਚਲੋ ਅੱਛੀ ਗੱਲ ਆ ਜਾਏ ਜੀ ਆ ਜਾਏ ਤਾਂ ਫਿਰ ਟਾਈਮ ਨਾਲ ਜਿਹੜਾ ਨਾ ਉਹ ਅੱਜ ਘਰ ਚੱਲਣੇ ਆ ਜੀ ਕਿਉਂਕਿ ਜਿਸ ਦਿਨ ਮੈਂ ਇੱਕ ਦਿਨ ਲਾਹੌਰ ਰਹਿ ਪਾਉਣਾ ਜੀ ਮੈਂ ਫਿਰ ਉਦਾਸ ਹੋ ਜਾਂਦਾ ਹੁੰਦਾ ਘਰ ਜਾਣ ਨੂੰ ਬੜਾ ਦਿਲ ਕਰਦਾ ਜੀ ਇੱਕ ਤਾਂ ਵੈਸੇ ਜੀ ਸ਼ਾਮ ਦਾ ਟਾਈਮ ਹੋ ਜਾਂਦਾ ਰਾਤ ਦਾ ਭੁੱਖ ਲੱਗ ਜਾਂਦੀ ਇੱਕ ਪਤਾ ਨਹੀਂ ਇੱਥੇ ਆ ਕੇ ਜਿਹੜੀ ਹੈ ਨਾ ਜੀ ਉਹ ਮੈਨੂੰ ਜ਼ਿਆਦਾ ਭੁੱਖ ਮਹਿਸੂਸ ਹੋਣ ਡੈ ਪੈਂਦੀ ਹੈ ਜੀ ਇੱਥੇ ਅਤੇ ਹੁਣ ਆ ਲਾਲੇ ਕੋਲ ਨਾ ਥੋੜ੍ਹੀ ਚਿਪਸ ਲੈਂਦੇ ਹਾਂ ਖਾਣ ਭਾਈ ਕੋਲੋਂ ਅਤੇ ਚਿਪਸ ਖਾਂਦੇ ਹਾਂ ਜੀ ਉੱਨੀ ਦੇਰ ਅੱਲਾ ਖੈਰ ਕਰੇ ਉਹ ਵੀ ਆ ਜਾਏਗਾ ਜੀ ਇਹ ਜੀ ਖਾਨ ਸਾਹਿਬ ਚਿਪਸ ਵਾਲੇ ਨੇ ਉਹ ਪਰਲੇ ਪਾਸੇ ਜਿਹੜੇ ਖਾਨ ਸਾਹਿਬ ਇੱਕ ਦਿਨ ਅੱਗੇ ਤੁਹਾਨੂੰ ਵਿਖਾਏ ਸਨ ਉਹ ਚਨੇ ਵਾਲੇ ਨੇ ਜੀ ਉਹ ਚਨੇ ਅਤੇ ਅੱਜ ਮੇਰਾ ਨਾ ਵੈਸੇ ਖਾਂਦਾ ਨਹੀਂ ਹੁੰਦਾ ਮੈਂ ਚਿਪਸ ਲੇਕਿਨ ਅੱਜ ਮੇਰਾ ਦਿਲ ਕਰ ਪਿਆ ਸੀ ਕਿਉਂਕਿ ਕੋਈ ਨਮਕੀਨ ਚੀਜ਼ ਖਾਣ 'ਤੇ ਦਿਲ ਕਰਦਾ ਪਿਆ ਸੀ ਮਸਾਲੇ ਲਾ ਰਹੇ ਨੇ ਬਸ ਜੋ ਦੂਸਰਾ ਉਹ ਵਾਲੀ ਕੈਚਪ ਪਾਇਆ ਬਸ ਇਹ ਵਾਲੀ ਪਾ ਦਿਓ ਇਹ ਵਾਲੀ ਜੀ ਖਾਨ ਸਾਹਿਬ ਇਹ ਵਾਲੀ ਬਸ ਇਹ ਵਾਲੀ ਮਸਾਲੇ ਨਹੀਂ ਜ਼ਿਆਦਾ ਅੱਛੇ ਜੀ ਕੈਚਪ ਵੀ ਨਹੀਂ ਅੱਛੀ ਹੁੰਦੀ ਏਡੀ ਅਤੇ ਆ ਜਾਓ ਸਰ ਮੋਸਟ ਵੈਲਕਮ ਬਿਸਮਿਲਾ ਕਰੋ ਜੀ ਸਾਰੇ ਵੀਵਰ ਵੇਖਣ ਵਾਲੇ ਘਰ 'ਚ ਹੀ ਪਹੁੰਚ ਗਏ ਅੱਲਾ ਦੇ ਫਜ਼ਲੋ ਕਰਮ ਨਾਲ ਅਤੇ ਕਾਕਾ ਸਾਡਾ ਜਿਹੜਾ ਹੈ ਨਾ ਕਾਕਾ ਸਾਡਾ ਕਾਕਾ ਸਾਡਾ ਜਾਗਦਾ ਪਿਆ ਪਾਪੇ ਦੀ ਆਉਣ ਦੀ ਖੁਸ਼ੀ ਦੇ ਵਿੱਚ ਇਸ ਦੇ ਨਾਲ ਅੱਜ ਦੀ ਵੀਡੀਓ ਦਾ ਕਰਨੇ ਆਗਾਜ਼ ਉਮੀਦ ਕਰਨੇ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਅਗਰ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਦੀ ਅਜੇ ਗੇਟ ਅਤੇ ਛੋਂਜਾ ਹੁਣ ਗੁੱਡ ਬਾਏ